ਹਾਂਜੀ ਦੋਸਤੋ, ਪੰਜਾਬ ਹੱਬ ਦੇਖ ਰਹੇ ਹੋ। ਹਰ ਰੋਜ਼ ਤਰ੍ਹਾਂ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਨਾਲ ਜੁੜੀਆਂ ਹੋਈਆਂ ਕੁਝ ਛੋਟੀਆਂ ਵੱਡੀਆਂ ਅਤੇ ਖਾਸ ਅਪਡੇਟਸ ਕਵਰ ਕਰਾਂਗੇ। ਫਸਟ ਆਫ ਆਲ ਗੱਲਬਾਤ ਦਿਲਜੀਤ ਦੋਸਾਂਝ ਦੀ ਕਰ ਲੈਂਦੇ ਹਾਂ। ਦਿਲਜੀਤ ਦੋਸਾਂਝ ਦਾ ਦਿਲੁਮਨਾਤੀ ਟੂਰ ਸਟਾਰਟ ਹੋ ਚੁੱਕਿਆ ਹੈ। ਕੱਲ੍ਹ ਵਾਲੇ ਸ਼ੋਅ ਦੇ ਵਿੱਚ ਦਿਲਜੀਤ ਦੋਸਾਂਝ ਨੇ ਕਿਹਾ ਸੀ ਕਿ ਪਹਿਲਾਂ ਇਸ ਟੂਰ ਦਾ ਨਾਮ ਲੈਗਸੀ ਟੂਰ ਹੋਣਾ ਸੀ ਅਤੇ ਉਹਨਾਂ ਦੀ ਆਉਣ ਵਾਲੀ ਨਵੀਂ ਐਲਬਮ ਦਾ ਨਾਮ ਵੀ ਲੈਗਸੀ ਹੋਣਾ ਸੀ। ਅਤੇ ਮੈਂ ਕੁਛ ਹੋਰ ਸੋਚਿਆ ਸੀ ਆਪਣੇ ਟੂਰ ਦਾ ਨਾਮ, ਆਪਣੀ ਐਲਬਮ ਦਾ ਨਾਮ ਅਤੇ ਟੂਰ ਦਾ ਨਾਮ ਮੈਂ ਲੈਗਸੀ ਸੋਚਿਆ ਸੀ। ਲੈਗਸੀ ਇਹ ਅਗਲੀ ਐਲਬਮ ਹੈ, ਟੂਰ ਦਾ ਨਾਮ ਵੀ ਇਹੀ ਸੋਚਿਆ ਸੀ। ਇਸਦੇ ਬਾਰੇ ਦੋਸਤੋ ਰੂਪ ਭੁੱਲਰ ਹੋਣਾ ਵੱਲੋਂ ਇੱਕ ਸਟੋਰੀ ਸ਼ੇਅਰ ਕੀਤੀ ਗਈ। ਲਿਖਿਆ ਗਿਆ, ਲੈਗਸੀ ਸੁਣ ਤਗੜੇ ਹੋ ਜਾਓ। ਕਿਤੇ ਨਾ ਕਿਤੇ ਅੰਦਾਜ਼ਾ ਲੱਗ ਸਕਦਾ ਹੈ ਕਿ ਇਸ ਐਲਬਮ ਦੇ ਵਿੱਚ ਰੂਪ ਭੁੱਲਰ ਹੋਣਾ ਦਾ ਵੀ ਕੋਈ ਨਾ ਕੋਈ ਰੋਲ ਹੋਣਾ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਰੂਪ ਭੁੱਲਰ, ਵਾਜ਼ੀਰ ਪਾਤਰ, ਗੁਰਜੰਟ ਪੁਨੇਸਰ ਹੁਣੀ ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਏ ਸੀ। ਅੱਗੇ ਵੱਧਦੇ ਤਾਂ ਗੱਲਬਾਤ ਬਈ ਸਿੱਧੂ ਮੂਸੇਵਾਲੇ ਬਾਈ ਦੀ ਕਰ ਲੈਂਦੇ ਹਾਂ। ਸਿੱਧੂ ਵੱਲੋਂ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਾਫੀ ਵੱਡੇ ਰਿਕਾਰਡ ਬ੍ਰੇਕ ਕੀਤੇ ਅਤੇ ਸਿੱਧੂ ਦੇ ਜਾਣ ਦੇ ਪਿੱਛੋਂ ਵੀ ਨਵੇਂ ਅਤੇ ਵੱਡੇ ਰਿਕਾਰਡ ਨਿਕਲ ਕੇ ਸਾਹਮਣੇ ਆਉਂਦੇ ਰਹਿੰਦੇ ਨੇ। ਸੋ ਹੁਣ ਦੋਸਤੋ ਆਈਟਿਊਨ ਤੋਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ। ਆਈਟਿਊਨ ਦੇ ਇੰਡੀਆ ਟੌਪ ਐਲਬਮ ਚਾਰਟ ਦੇ ਵਿੱਚ ਨੰਬਰ 1 ਦੇ ਉੱਤੇ PBX1 ਐਲਬਮ ਵੱਜ ਚੁੱਕੀ ਹੈ, ਨੰਬਰ 2 ਦੇ ਉੱਤੇ ਮੂਸ ਟੇਪ ਅਤੇ ਨੰਬਰ 4 ਦੇ ਉੱਤੇ ਨੋ ਨੇਮ। ਕਿਤੇ ਨਾ ਕਿਤੇ ਦੋਸਤੋ ਕਾਫੀ ਵੱਡੀ ਗੱਲ ਹੈ ਅਤੇ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਬਾਈ ਦੇ ਸਾਈਨ ਟੂ ਗੋਡ ਗਾਣੇ ਦੀਆਂ ਲਾਈਨਾਂ ਯਾਦ ਆਉਂਦੀਆਂ ਨੇ ਕਿ ਮੁੱਕਣੇ ਦੇ ਬਾਅਦ ਵੀ ਮੈਂ ਰੈਸਟ ਇਨ ਪਾਵਰ ਹਾਂ। ਇਹਦੇ ਨਾਲ ਹੀ ਦੋਸਤੋ ਛਿੰਦਾ ਛਿੰਦਾ ਨੂੰ ਪਾਪਾ ਦੇ ਵਿੱਚੋਂ ਗਿੱਪੀ ਗਰੇਵਾਲ ਅਤੇ ਬਾਦਸ਼ਾਹ ਦਾ ਟਰੈਕ ਰਿਲੀਜ਼ ਹੋ ਚੁੱਕਿਆ ਹੈ ਡਿਸਕੋ ਟਾਈਟਲ ਦੇ ਨਾਲ। ਇਹਦੇ ਨਾਲ ਹੀ ਦੋਸਤੋ ਅੱਜ ਸਿੱਧੂ ਮੂਸੇਵਾਲੇ ਬਾਈ ਦੇ ਮੂਸ ਟੇਪ ਦੇ ਟੀਜ਼ਰ ਦੇ ਰਿਲੀਜ਼ ਹੋਏ ਨੂੰ 3 ਸਾਲ ਦਾ ਟਾਈਮ ਪੂਰਾ ਹੋ ਚੁੱਕਿਆ ਹੈ। ਸਿੱਧੂ ਮੂਸੇਵਾਲੇ ਬਾਈ ਦੇ ਵੱਲੋਂ ਇੱਕ ਇੰਸਟਾਗ੍ਰਾਮ ਪੋਸਟ ਸ਼ੇਅਰ ਕੀਤੀ ਗਈ ਸੀ। 5 ਮਿਲੀਅਨ ਕਮੈਂਟ ਦਾ ਟਾਰਗੇਟ ਰੱਖਿਆ ਗਿਆ ਸੀ। ਉਸ ਦੇ ਪਿੱਛੋਂ ਅੱਜ ਦੇ ਦਿਨ 3 ਸਾਲ ਪਹਿਲਾਂ ਮੂਸ ਟੇਪ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ, ਨਾਲ ਹੀ ਮੂਸ ਟੇਪ ਦੀ ਰਿਲੀਜ਼ਿੰਗ ਡੇਟ ਸ਼ੇਅਰ ਕੀਤੀ ਗਈ ਸੀ। ਇਸਦੇ ਨਾਲ ਹੀ ਦੋਸਤੋ ਸਿੱਧੂ ਮੂਸੇਵਾਲੇ ਬਾਈ ਅਤੇ ਸਨੀ ਮਾਲਟਨ ਹੁਣ ਦਾ ਸਰਪ੍ਰਾਈਜ਼ ਟਰੈਕ ਰਿਲੀਜ਼ ਕੀਤਾ ਗਿਆ ਹੈ 410 ਟਾਈਟਲ ਦੇ ਨਾਲ। ਨਾਲ ਹੀ ਦੋਸਤੋ ਉਸ ਗਾਣੇ ਦੇ ਵਿੱਚ ਵੱਡਾ ਸ਼ਾਊਟ ਆਊਟ ਦੇਖਣ ਨੂੰ ਮਿਲਿਆ ਬਲਕਾਰ ਅਣਖੀਲਾ ਜੀ ਨੂੰ। ਕਾਲੇ ਸ਼ੀਸ਼ੇ ਬੇਸ ਨਾਲ ਹੁੰਦੇ ਵਾਈਬ੍ਰੇਟਾ, ਕਾਲੀ ਕਾਲੀ ਰੇਂਜ ਵਿੱਚ ਵੱਜੇ ਅਣਖੀਲਾ। ਦੋਸਤੋ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਹੋਣਾ ਦੀ ਜੋੜੀ ਦਾ ਟਰੈਕ ਰਿਲੀਜ਼ ਕੀਤਾ ਜਾ ਰਿਹਾ ਹੈ ਮੂਸੇਵਾਲਾ ਜੱਟ, ਅਤੇ ਗਾਣੇ ਨੂੰ ਲਿਖਿਆ ਗਿਆ ਹੈ ਜੰਗ ਢਿੱਲੋਂ ਦੇ ਵੱਲੋਂ, ਮਿਊਜ਼ਿਕ ਆਇਰਸ ਦਾ ਹੋਏਗਾ ਅਤੇ ਇਸ ਗਾਣੇ ਦਾ ਪੋਸਟਰ ਸ਼ੇਅਰ ਕਰ ਦਿੱਤਾ ਗਿਆ ਹੈ। ਕਿਤੇ ਨਾ ਕਿਤੇ ਦੋਸਤੋ ਬਾਈ ਸਿੱਧੂ ਮੂਸੇਵਾਲੇ ਬਾਈ ਦੇ ਵਾਸਤੇ ਇਹ ਗਾਣਾ ਰਿਲੀਜ਼ ਕੀਤਾ ਜਾਏਗਾ, ਗਾਣੇ ਦੇ ਟਾਈਟਲ ਤੋਂ ਪਤਾ ਲੱਗਦਾ ਹੈ। ਸੋ ਇਸ ਗਾਣੇ ਦੀ ਰਿਲੀਜ਼ਿੰਗ ਡੇਟ ਸ਼ੇਅਰ ਨਹੀਂ ਕੀਤੀ ਗਈ, ਗਾਣੇ ਦੀ ਪੂਰੀ ਉਡੀਕ ਰਹੇਗੀ ਕਿਉਂਕਿ ਗਾਣੇ ਦੇ ਲਿਰਿਕਸ ਜਿਹੜੇ ਉਹ ਜੰਗ ਢਿੱਲੋਂ ਦੇ ਵੱਲੋਂ ਲਿਖੇ ਹਨ, ਕਾਫੀ ਘੈਂਟ ਲਿਰਿਕਸ ਲਿਖੇ ਜਾਂਦੇ ਨੇ ਜੰਗ ਢਿੱਲੋਂ ਦੇ ਵੱਲੋਂ, ਅਤੇ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਉਹਨਾਂ ਦੀ ਦਮਦਾਰ ਆਵਾਜ਼ ਦੇ ਵਿੱਚ ਇਹ ਗਾਣਾ ਜਲਦੀ ਹੀ ਰਿਲੀਜ਼ ਕੀਤਾ ਜਾਏਗਾ। ਕਿੰਨੀ ਕੁ ਉਡੀਕ ਹੈ ਤੁਹਾਨੂੰ ਇਸ ਗਾਣੇ ਦੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ। ਮਿਊਜ਼ਿਕ ਇੰਡਸਟਰੀ ਨਾਲ ਜੁੜੀਆਂ ਹੋਈਆਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਕਿਸੇ ਨਵੀਂ ਵੀਡੀਓ ਅਤੇ ਕਿਸੇ ਨਵੀਂ ਅਪਡੇਟ ਦੇ ਨਾਲ।